ਬਾਈ ਜੀ ਅੱਜ ਬਵਾਨੀਆਂ ਪਿੰਡ ਆਹ ਮੁੰਡੇ ਸੀਗੇ ਆਏ ਦੋ ਆਹ ਸਾਡਾ ਸਾਰਾ ਪਿੰਡ ਇਕੱਠਾ ਹੋਇਆ ਤੇ ਕੱਲ ਵੀ ਕਣਕ ਲੈ ਗਏ ਇਹ ਬੁੜੀਆਂ ਦੇ ਮਗਰ ਵੀ ਤੁਰੇ ਫਿਰਿਆ ਅੱਜ ਵੀ ਇੱਥੇ ਆਏ ਸੀ ਕਣਕ ਦੇ ਗੱਟੇ ਭਰ ਲਏ ਸੀ ਤੁਹਾਨੂੰ ਪਤਾ ਸਾਰਿਆਂ ਦੇ ਕੰਮ ਦਾ ਸੀਜ਼ਨ ਆ ਬੰਦੇ ਕੋਈ ਘਰੇ ਨੀ ਹੁੰਦੇ ਗੇ ਤੇ ਚੁੱਪ ਕਰਕੇ ਘਰੇ ਵੜ ਜਾਂਦੇ ਆ ਇਹ ਤੇ ਅੱਜ ਤਾਂ ਇਹ ਦਬੋਚ ਲਏ ਸੇਵਾ ਵੀ ਇਹਨਾਂ ਦੀ ਕੀਤੀ ਥੋੜੀ ਪਾਣੀ ਤੇ ਆ ਤੁਹਾਡੇ ਪਿੰਡ ਦੇ ਗੁਰੂ ਸਾਹਿਬ ਦੇ ਖਿਆਲ ਰੱਖਿਆ ਕਰੋ ਇਹਨਾਂ ਦਾ ਪਿੰਡ ਬਵਾਨੀ ਜਿਹੜੇ ਕਿ ਆਹ ਮੁੰਡੇ ਚੱਕਾ ਲਾਉਂਦੇ ਸੀਗੇ ਇਹ ਕਿਸੇ ਨੇ ਕਣਕ ਚੋਰੀ ਕਰਕੇ ਪਹਿਲਾਂ ਪਰਸੋਂ ਚੌਥੀ ਵੀ ਲੈ ਕੇ ਗਏ ਆ ਤੇ ਕੱਲ ਇਹਨਾਂ ਨੇ ਘੱਗਾਂ ਤੋਂ ਚੋਰੀ ਕਰੀ ਆ ਕਣਕ ਦੀ ਤੇ ਅੱਜ ਇਹ ਬਵਾਨੀਏ ਇੱਥੇ ਢਾਣੀ ਦੇ ਵਿੱਚ ਟਰਾਲੀ ਦੇ ਕੋਲੋਂ ਫੜ ਕੇ ਲਿਆਂਦੇ ਕਣਕ ਚੋਰੀ ਕਰਦੇ ਸੀਗੇ ਇਹਨਾਂ ਨੇ ਆਹ ਮੁੰਡਾ ਮੰਨਿਆ ਕਿ ਗੁਰੂ ਸਾਹਿਬ ਐਲਸੀਡੀ ਵੀ ਚੱਕੀ ਅੱਗੇ ਇੱਕ ਟੋਕਰਾ ਲਿਖੇ ਇਹ ਮੋਟਰਾਂ ਵੀ ਲਾਉਂਦੇ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹੋ ਜਿਹੇ ਬੰਦਿਆਂ ਦੇ ਨੱਟ ਪਾਈ ਜਾਵੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਇਹੋ ਜਿਹੇ ਨਸ਼ੇ ਤੁਸੀਂ ਬੰਦ ਕਰੋ ਜਿਹੜੀ ਕਿ ਸਾਡੀ ਜਵਾਨੀ ਤੇ ਕਿਸਾਨੀ ਜਿਹੜੀ ਕਿ ਤੁਸੀਂ ਸਾਡੀ ਮਾਰਤੀ ਜਿਹੜੇ ਕਿ ਸਰਕਾਰਾਂ ਦੇ ਸਿਰ ਤੇ ਇਹ ਨਸ਼ੇ ਵਿਕਦੇ ਆ ਅਸੀਂ ਪ੍ਰਸ਼ਾਸਨ ਨੂੰ ਫੋਨ ਕਰਿਆ ਕਦੋਂ ਦਾ ਹਜੇ ਦੀ ਇੱਕ ਪੁਲਿਸ ਆਈ ਨੀ ਗਈ ਉਸ ਨੂੰ ਟੀਕੀ ਜਾਂਦੇ ਆ ਕਿਉਂਕਿ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦਾ ਕੋਈ ਇਲਾਜ ਕਰਾਇਆ ਜਾਵੇ ਇਹ ਕਿਉਂਕਿ ਇਹਨਾਂ ਦੀ ਉਮਰ ਕੁਛ ਵੀ ਨੀ ਗਈ ਹਜੇ ਦੀ ਕਿਉਂਕਿ ਇਹਨਾਂ ਨੇ ਇਲਾਜ ਕਰਾ ਕੇ ਇਹ ਸਿਕੰਜਰ ਕੋਈ ਨਾ ਪਿਆਰਾ ਦਿਹਾੜੀ ਦੱਪੇ ਜਾਂ ਸੀਰੀ ਲੱਗਣਗੇ ਨਹੀਂ ਤਾਂ ਇਹ ਇਵੇਂ ਜਿਵੇਂ ਦਿਹਾੜੀਆਂ ਕਰਦੇ ਕਿਸੇ ਨੇ ਥਾਂ ਥਾਂ ਮਾਰੀ ਇਹ ਮਰ ਜਾਣਗੇ ਇਸ ਟਾਈਮ ਇਹਨਾਂ ਦੇ ਪਿੰਡ ਦੇ ਬੰਦੇ ਆ ਗਏ ਆ ਇਹਨਾਂ ਦੇ ਹਵਾਲੇ ਅਸੀਂ ਇਹਨਾਂ ਨੂੰ ਜਿਉਂਦੇ ਕਰਦੇ ਆ ਜਿਹੜਾ ਕਿ ਇਹਨਾਂ ਦੇ ਕੋਈ 60 ਫੀਟ ਨਹੀਂ ਵੱਜੀ ਕੋਈ ਲੱਪੜ ਮੁੱਕੀ ਮਾੜਾ ਮੋਟਾ ਤਾਂ ਮੁੰਡਿਆਂ ਨੇ ਕਰਿਆ ਏਡੂ ਬਾਅਦ ਦੇ ਵਿੱਚ ਜੇ ਕੋਈ ਪੁਲਿਸ ਆਉਂਦੀ ਹੈ ਤਾਂ ਅਸੀਂ ਪੁਲਿਸ ਦੇ ਹਵਾਲੇ ਕਰ ਦੇਣਾ ਨਹੀਂ ਤਾਂ ਇਹਨਾਂ ਦਾ ਪਰਿਵਾਰ ਆ ਜਿਹੜਾ ਆ ਕੇ ਇਹਨਾਂ ਨੂੰ ਲੈ ਜੂਗਾ ਇਸ ਟਾਈਮ ਇਹ ਜਿਉਂਦੇ ਜਾਗਦੇ ਨੇ ਕੋਈ 60 ਫੀਟ ਨਹੀਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।